ਸ਼ਿਕਾਲ ਦੋਸਤੋ ਜੀ ਆਇਆਂ ਨੂੰ ਹਾਜ਼ਰ ਹੋ ਚੁੱਕੀ ਹਾਂ ਮੈਂ ਤੁਹਾਡੀ ਆਪਣੀ ਦੋਸਤ ਰਣਜੀਤ ਕੌਰ ਤੁਹਾਡੇ ਆਪਣੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਨਾਲ ਜਾਣਦੇ ਤੁਸੀਂ ਸਾਰੇ ਹੋ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੇ ਹਾਂ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਸਿਰਫ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਜਨਾਬ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਅਗਰ ਵੀਡੀਓ ਦੇ ਲਈ ਕੋਈ ਵੀ ਫੀਡਬੈਕ ਦੇਣੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜ਼ਰੂਰ ਮੈਂਸ਼ਨ ਕਰ ਸਕਦੇ ਹੋ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸ ਬਾਰੇ ਗੱਲ ਕਰਨ ਵਾਲੇ ਹਾਂ ਚਲੋ ਉਹਦੇ ਉੱਤੇ ਥੋੜਾ ਜਿਹਾ ਚਰਚਾ ਕਰ ਲੈਂਦੇ ਹਾਂ ਦੋਸਤੋ ਇੱਕ ਸਦੀ ਐਸੀ ਸੀ ਜਿੱਥੇ ਅਸੀਂ ਬੈਠੇ ਬੈਠੇ ਜਿਸ ਵੀ ਪੋਜੀਸ਼ਨ 'ਚ ਬੈਠੇ ਹੁੰਦੇ ਸੀ ਉਸ ਪੋਜੀਸ਼ਨ ਨੂੰ ਇੱਕ ਪੇਂਟਿੰਗ ਦੇ ਰੂਪ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਜਨਾਬ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਵਾਲੇ ਹਾਂ ਪੰਜਾਬ ਦੇ ਵਿੱਚ ਵਸੀ ਜਾਣ ਪਾਣ ਵਾਲੀ ਪੇਂਟਿੰਗ ਦੇ ਉੱਤੇ ਜੀ ਹਾਂ ਇੱਕ ਐਸੀ ਚਿੱਤਰਕਾਰੀ ਜਿਸ ਦੇ ਵਿੱਚ ਅਸੀਂ ਆਪਣੀ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਸੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਤੇ ਜੀ ਪੇਂਟਿੰਗ ਜਿਸ ਨੂੰ ਮੁਗਲਾਂ ਤੇ ਬਾਦਸ਼ਾਹਾਂ ਦੇ ਟਾਈਮ ਤੋਂ ਹੀ ਪ੍ਰਚਲਨ ਵਿੱਚ ਯਾਦ ਕੀਤਾ ਜਾਂਦਾ ਹੈ ਜੇ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਜਾਓਗੇ ਤੇ ਪੰਜਾਬ ਦੇ ਕਾਫੀ ਸਾਰੇ ਐਸੇ ਲੋਕ ਹਨ ਜੋ ਕਿ ਆਪਣੇ ਚਿੱਤਰਕਾਰੀ ਨੂੰ ਦਰਸਾਉਂਦੇ ਨੇ ਪੇਂਟਿੰਗ ਦੇ ਰੂਪ ਦੇ ਵਿੱਚ ਯਾਨੀ ਕਿ ਤੁਹਾਡੀ ਫੋਟੋ ਨੂੰ ਜਾਣ ਪਾਉਂਦੇ ਨੇ ਪੇਂਟਿੰਗ ਦੇ ਵਿੱਚ ਅੱਜ ਦੇ ਤੌਰ ਦੇ ਵਿੱਚ ਉਸ ਤਰੀਕੇ ਦਾ ਜ਼ਮਾਨਾ ਤਾਂ ਪਿੱਛੇ ਚਲਾ ਗਿਆ ਹੈ ਪੇਂਟਿੰਗ ਨੂੰ ਬੜਾਵਾ ਦੇਣ ਵਾਲੇ ਲੋਕੀ ਤਾਂ ਪਿੱਛੇ ਚਲੇ ਗਏ ਨੇ ਲੇਕਿਨ ਜੇ ਅੱਜ ਵੀ ਉਸ ਪੇਂਟਿੰਗ ਨੂੰ ਜੇ ਸਾਹਮਣੇ ਕੀਤਾ ਜਾਵੇ ਤਾਂ ਤੁਹਾਨੂੰ ਉਸ ਦੇ ਵਿੱਚ ਦਰਸਾਉਣ ਵਾਲੇ ਚਿੱਤਰਕਾਰੀ ਦੇ ਵਿੱਚ ਇੱਕ ਇੱਕ ਚੀਜ਼ ਦੀ ਸਮਝ ਬਹੁਤ ਚੰਗੀ ਤਰ੍ਹਾਂ ਆਏਗੀ ਯਾਨੀ ਕਿ ਜੋ ਆਪਣੇ ਹੱਥਾਂ ਦੇ ਨਾਲ ਇੰਨੇ ਕ੍ਰੀਏਟਿਵ ਕੰਮ ਕਰਦੇ ਸਨ ਉਸ ਚਿੱਤਰਕਾਰੀ ਦੀ ਝਲਕ ਜੇਕਰ ਤੁਸੀਂ ਦੇਖੋਗੇ ਤਾਂ ਤੁਹਾਡੀ ਰੂਹ ਬਹੁਤ ਹੀ ਖੁਸ਼ ਹੋ ਜਾਏਗੀ ਹੁਣ ਜਨਾਬ ਗੱਲ ਕਰਨੇ ਹਾਂ ਪੰਜਾਬ ਦੇ ਵਿੱਚ ਵਸੀ ਐਸੀ ਪੇਂਟਿੰਗ ਦੇ ਬਾਰੇ ਹੋਰ ਚਰਚਾ ਕਰਨੇ ਹਾਂ ਉਹ ਟਾਈਮ ਸੀ ਜਦ ਉਸ ਟਾਈਮ ਦੇ ਵਿੱਚ ਨਾ ਕਿਸੇ ਫੋਟੋਗ੍ਰਾਫਰ ਦੀ ਲੋੜ ਹੁੰਦੀ ਸੀ ਔਰ ਨਾ ਹੀ ਕਿਸੇ ਹੋਰ ਚੀਜ਼ ਦੀ ਲੋੜ ਹੁੰਦੀ ਸੀ ਜਨਾਬ ਜੇ ਅਗਰ ਕਿਸੇ ਨੇ ਆਪਣੇ ਆਪ ਨੂੰ ਇੱਕ ਯਾਦ ਦੇ ਰੂਪ ਦੇ ਵਿੱਚ ਸੰਭਾਲਣਾ ਹੁੰਦਾ ਸੀ ਤਾਂ ਉਹ ਪੇਂਟਿੰਗ ਦੇ ਰੂਪ ਵਿੱਚ ਖੁਦ ਨੂੰ ਸੰਭਾਲ ਕੇ ਰੱਖਦਾ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਇਸ ਬਾਰੇ ਗੱਲ ਅਸੀਂ ਕਿਉਂ ਕਰ ਰਹੇ ਹਾਂ ਮੈਂ ਵੀ ਅੱਜ ਤੋਂ 50 ਸਾਲ ਪਹਿਲੀ ਇੱਕ ਪੇਂਟਿੰਗ ਕੱਲ ਸ਼ਾਮ ਨੂੰ ਵੇਖੀ ਸੀ ਜਿਸ ਨੂੰ ਦੇਖਦੇ ਮੈਨੂੰ ਵੀ ਕੁਝ ਚੀਜ਼ਾਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਈਆਂ ਜਨਾਬ ਫੋਟੋਗ੍ਰਾਫੀ ਦਾ ਮਜ਼ਾ ਕੁਝ ਹੋਰ ਹੀ ਹੈ ਲੇਕਿਨ ਪੇਂਟਿੰਗ ਦੀ ਗੱਲ ਕਰੀਏ ਤਾਂ ਜਨਾਬ ਉਸ ਦੀ ਗੱਲ ਹੀ ਕੁਝ ਹੋਰ ਹੈ ਉਸ ਪੇਂਟਿੰਗ ਨੂੰ ਦੇਖ ਕੇ ਮੇਰਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਕਿਉਂਕਿ ਉਸ ਪੇਂਟਿੰਗ ਦੇ ਵਿੱਚ ਜੋ ਤਸਵੀਰਾਂ ਵੇਖੀਆਂ ਜੋ ਮੈਂ ਛੋਟੇ ਛੋਟੇ ਹਿਰਣ ਦੇਖੇ ਜੋ ਛੋਟੀਆਂ ਛੋਟੀਆਂ ਉਸ ਦੇ ਉੱਤੇ ਚਿੱਤਰਕਾਰੀਆਂ ਦੇਖੀਆਂ ਪੇਂਟਿੰਗ ਤੇ ਬਣੀ ਹੋਈ ਇੱਕ ਇੱਕ ਚਿੱਤਰ ਨੂੰ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ ਔਰ ਮਨ ਕੀਤਾ ਕਿ ਕਿਉਂ ਨਾ ਮੈਂ ਵੀ ਇਸ ਤਰ੍ਹਾਂ ਦੀ ਕੋਈ ਚਿੱਤਰਕਾਰੀ ਕਰਾਂ ਲੇਕਿਨ ਜਨਾਬ ਉਸ ਦੇ ਲਈ ਸਾਨੂੰ ਸੋਚ ਦੀ ਲੋੜ ਨਹੀਂ ਪੈਂਦੀ ਹੈ ਸਾਨੂੰ ਕੁਝ ਆਪਣਾ ਦਿਮਾਗ ਲਗਾਉਣਾ ਤਾਂ ਪੈਂਦਾ ਹੀ ਹੈ ਹੱਥ ਵੀ ਚਲਾਉਣੇ ਪੈਂਦੇ ਨੇ ਕਿਉਂਕਿ ਇਹ ਬਹੁਤ ਹੀ ਸੋਚ ਸਮਝਦਾਰੀ ਵਾਲੀ ਹੀ ਚੀਜ਼ ਹੈ ਔਰ ਇਹ ਟਾਈਮ ਬਹੁਤ ਟਾਈਮ ਪਹਿਲਾਂ ਦਾ ਸੀਗਾ ਜਦੋਂ ਆਪਣੀ ਸੋਚ ਨੂੰ ਪੇਂਟਿੰਗ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਯਾਨੀ ਕਿ ਜੇਕਰ ਤੁਸੀਂ ਵੀ ਇਸ ਬਾਰੇ ਕੁਝ ਹੋਰ ਖਾਸ ਗੱਲਾਂ ਜਾਣਦੇ ਹੋ ਜਾਂ ਤੁਹਾਡੇ ਵਿੱਚੋਂ ਕੋਈ ਇੱਕ ਐਸਾ ਦੋਸਤ ਹੈ ਜੋ ਕਿ ਅੱਜ ਵੀ ਪੇਂਟਿੰਗ ਨੂੰ ਕਾਫੀ ਜ਼ਿਆਦਾ ਮਹਾਨ ਮੰਨਦਾ ਹੈ ਤਾਂ ਜਨਾਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਹੋ ਕੇ ਆਪਣੇ ਵਿਚਾਰਾਂ ਨੂੰ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਮੈਂ ਬਸ ਤੁਹਾਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੀ ਹਾਂ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਨਾ ਜਾਏ ਇਸੇ ਦੇ ਨਾਲ ਹੁਣ ਪ੍ਰੋਗਰਾਮ ਦੇ ਵਿੱਚੋਂ ਮੈਂ ਲੈਣੀ ਹਾਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਜਾਂਦੇ ਜਾਂਦੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਵਿਰਸੇ ਨਾਲ ਜੁੜ ਕੇ ਰਹੋ ਤੇ ਵਿਰਸੇ ਨੂੰ ਸੰਭਾਲ ਕੇ ਰੱਖੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ